ਅਸੀਂ ਕੈਦੀ 804 ਮਾਈ ਦਾ ਨਾਮ ਰੱਖਿਆ ਜੀ ਇਹਦੇ ਨਾਲ ਸਾਨੂੰ ਖਾਨ ਸਾਹਿਬ ਨਾਲ ਪਿਆਰ ਆ ਜੀ ਜੀ ਤੇ ਖਾਨ ਸਾਹਿਬ ਵੀ ਕੈਦੀ 804 ਦੇ ਵਿੱਚ ਆ ਜੀ ਜੀ ਜੇਲ੍ਹ ਕੱਟ ਰਹੇ ਆ ਜੀ ਜੀ ਬਿਸਮਿਲ੍ਲਾਹਿਰ ਰਹਿਮਾਨ ਰਹੀਮ ਅਸਲਾਮ ਅਲੈਕੁਮ ਫਰੈਂਡਸ ਤੁਸੀਂ ਵੇਖ ਰਹੇ ਹੋ ਟੀਐਸ ਨੌਲੇਜ ਟੀਵੀ YouTube ਚੈਨਲ ਤੇ ਮੈਂ ਤੁਹਾਡਾ ਹੋਸਟ ਤਾਰਿਕ ਸੁਲਤਾਨ ਫਰੈਂਡ ਇਸ ਵਕਤ ਮੈਂ ਮੌਜੂਦ ਆ ਚੌਰੀ ਰਫੀਕ ਗੁਜਰ ਸਾਹਿਬ ਚੱਕ 58 ਜੀਮਬੇ ਲੈਲਾ ਜ਼ਿਲ੍ਹਾ ਫੈਸਲਾਬਾਦ ਅੱਜ PDF ਦੀ ਲਾਈਵ ਚੁਆਈਆਂ ਦਾ ਕੰਪੀਟੀਸ਼ਨ ਹੋ ਰਿਹਾ ਇਸ ਪੁਆਇੰਟ ਦੇ ਉੱਤੇ ਮਾਸ਼ਾਅੱਲਾ ਜਾਨਵਰ ਬਹੁਤ ਅੱਛਾ ਪਰਫਾਰਮ ਕਰ ਰਹੇ ਹਨ ਤੇ ਚੌਰੀ ਰਫੀਕ ਸਾਹਿਬ ਨਾਲ ਔਰ ਚੌਰੀ ਇਕਬਾਲ ਜੱਟ ਸਾਹਿਬ ਨਾਲ ਤੁਹਾਨੂੰ ਅੱਜ ਇਕਬਾਲ ਸਾਹਿਬ ਨਾਲ ਇੰਟਰੋਡਿਊਸ ਕਰਵਾਉਂਦੇ ਹਾਂ ਇਹਨਾਂ ਦੇ ਐਕਸਪੀਰੀਅੰਸ ਦੇ ਬਾਰੇ ਇਹਨਾਂ ਦੇ ਜਾਨਵਰਾਂ ਦੇ ਬਾਰੇ ਅਸੀਂ ਸਾਰੇ ਦੋਸਤਾਂ ਨੂੰ ਮਾਲੂਮਾਤ ਲੈ ਕੇ ਦਾਂ ਜੀ ਅਸਲਾਮ ਅਲੈਕੁਮ ਚੌਰੀ ਸਾਹਿਬ ਵਾਲੇਕੁਮ ਸਲਾਮ ਜੀ ਚੌਰੀ ਸਾਹਿਬ ਥੋੜਾ ਆਪਣਾ ਇੰਟਰੋਡਕਸ਼ਨ ਕਰਵਾ ਦਿਓ ਮੇਰਾ ਨਾਮ ਜੀ ਮੁਹੰਮਦ ਰਫੀਕ ਆ ਜੱਟ ਸਾਹਿਬ ਕਹਿੰਦੇ ਮੈਨੂੰ ਜੀ ਜੀ ਤੇ ਮੈਨੂੰ 58 ਚੱਕ ਨੰਬਰ 58 ਜਿੰਬੇ ਲੈਲਾ ਦੇ ਵਿੱਚ ਮੈਂ ਰਹਿਸ਼ੀ ਆ ਜੀ ਜੀ ਤੇ ਮੱਝਾਂ ਦਾ ਮੈਨੂੰ ਬਚਪਨ ਤੋਂ ਹੀ ਮਾਸ਼ਾਅੱਲਾ ਸ਼ੌਕ ਆ ਅੱਛਾ ਅੱਛਾ ਮਾਸ਼ਾਅੱਲਾ ਤੇ ਮੱਝਾਂ ਦਾ ਸ਼ੌਕ ਕਰਦੇ ਕਰਦੇ PDF ਵਾਲਿਆਂ ਦੀ ਮਿਹਰਬਾਨੀ ਆ ਜੀ ਜੀ ਕਿ ਇਹਨਾਂ ਨੇ ਸਾਨੂੰ ਇਸ ਪਾਸੇ ਲਿਆਂਦਾ ਜੀ ਜੀ ਕਿ ਇਹਨਾਂ ਨੇ ਸਾਨੂੰ ਮੌਕਾ ਦਿੱਤਾ ਕਿ ਤੁਸੀਂ ਮੱਝਾਂ ਆਪਣਾ ਸ਼ੌਕ ਜਿਹੜਾ ਪੂਰੀ ਦੁਨੀਆ ਨੂੰ ਵਧਾਓ ਜੀ ਜੀ ਤੇ ਇਸ ਲਈ ਸਾਡੇ ਭਾਈਆਂ ਸਿਆਦ ਹਾਲੀ ਸਾਹਿਬ ਉਹਨਾਂ ਨੇ ਸਾਨੂੰ ਕਿਹਾ ਕਿ PDM ਦੀ ਚੁਆਈ ਕਰਨੀ ਆ ਅਸੀਂ ਕਿਹਾ ਸਾਡੀ ਤਾਂ ਤਿਆਰੀ ਵੀ ਕੋਈ ਨਹੀਂ ਹੈਗੀ PDM ਦੇ ਨਹੀਂ PDFA ਦੀ PDFA ਦੀ ਚੁਆਈ ਕਰਨੀ ਆ ਤੇ ਅਸੀਂ ਕਿਹਾ ਸਾਡੀ ਤਾਂ ਤਿਆਰੀ ਵੀ ਕੋਈ ਨਹੀਂ ਹੈਗੀ ਅੱਛਾ ਅੱਛਾ ਤੇ ਉਹਨਾਂ ਨੇ ਕਿਹਾ ਨਹੀਂ ਮੈਨੂੰ ਮੈਂ ਆਪ ਹੀ ਤਿਆਰੀ ਕਰ ਲੂੰਗਾ ਕੋਈ ਮਸਲਾ ਨਹੀਂ ਜੀ ਜੀ ਉਹਨਾਂ ਨੇ 3-4 ਦਿਨ ਦੇ ਵਿੱਚ ਹੀ ਸਾਰਾ ਗਰਾਊਂਡ ਬਣਾ ਲਿਆ ਇਨਸ਼ਾਅੱਲਾ ਜੀ ਜੀ ਤੇ ਉਹਨਾਂ ਦੀ ਮਿਹਰਬਾਨੀ ਆ ਕਿ ਉਹਨਾਂ ਨੇ ਸਾਡਾ ਸਾਥ ਦਿੱਤਾ ਪੂਰਾ ਜੀ ਜੀ ਤੇ ਅਸੀਂ ਇਨਸ਼ਾਅੱਲਾ ਇਹਦੇ ਵਿੱਚ ਵਿਨਰ ਆਏ ਤਨ ਹੋਏ ਆ ਤੇ ਬਾਕੀ ਮੈਂ ਖਸੂਸੀ ਤੌਰ ਤੇ ਸਾਈ ਸਾਹਿਬ ਦਾ ਔਰ ਤਾਰਕ ਤੁਹਾਡਾ ਤਾਰਕ ਸਾਹਿਬ ਦਾ ਬਹੁਤ ਮਸ਼ਕੂਰ ਆ ਜੀ ਜੀ ਕਿ ਇਹਨਾਂ ਨੇ ਸਾਨੂੰ ਸੁੱਤਿਆਂ ਪਿਆਂ ਨੂੰ ਆ ਕੇ ਜਗਾ ਕੇ ਸਾਨੂੰ ਕਿਹਾ ਕਿ ਆਪਣੀਆਂ ਮੱਝਾਂ ਚੋਵੋ ਜੀ ਜੀ ਤੇ ਬੜੀ ਮਿਹਰਬਾਨੀ ਜੀ ਇਹਨਾਂ ਦੀ ਜੀ ਜੀ ਜੱਟ ਸਾਹਿਬ ਕਿੰਨੇ ਜਾਨਵਰ ਨੇ ਟੋਟਲ ਤੁਹਾਡੇ ਕੋਲ ਜਾਨਵਰ ਮੇਰੇ ਕੋਲ 25-30 ਮੱਝਾਂ ਜੀ ਤਕਰੀਬਨ 30-30 ਮੱਝਾਂ ਜਿਨ੍ਹਾਂ ਚੋਂ 25 ਮੱਝਾਂ ਵਾਂ 5 ਗਾਵਾਂ ਅੱਛਾ ਅੱਛਾ ਮਾਸ਼ਾਅੱਲਾ ਬੜੇ ਦੋਸਤ ਆਏ ਨੇ ਜੀ ਸ਼ੌਕ ਕਰਨ ਜੀ ਦੋਸਤਾਂ ਨੂੰ ਬੜਾ ਸ਼ੌਕ ਹੈ ਤੁਸੀਂ ਦੌਰ ਦੇ ਫੈਸਲਾਬਾਦ ਵਾਲਿਆਂ ਨੂੰ ਜੀ ਔਰ ਚੌਰੀ ਰਫੀਕ ਜੱਟ ਸਾਹਿਬ ਦਾ ਇਹ ਪਹਿਲਾ ਐਕਸਪੀਰੀਅੰਸ ਹੈ ਤੇ ਇਹਨਾਂ ਦੀ ਜਿਹੜੀ ਇੱਕ ਖਾਸ ਚੀਜ਼ ਹੈ ਉਹ ਮੈਂ ਤੁਹਾਨੂੰ ਵਿਖਾਣਾ ਦੱਸਣਾ ਜੀ ਜੀ ਇਹ ਮੱਝ ਜਿਹੜੀ ਇਸ ਦਾ ਦੁੱਧ ਹੋਇਆ ਪਹਿਲੀ ਚੁਆਈ ਦਾ 13 ਕਿਲੋ 950 ਗ੍ਰਾਮ ਦੂਜੀ ਚੁਆਈ ਇਸ ਮੱਝ ਨੇ ਕਰਵਾਈ 15 ਕਿਲੋ 650 ਗ੍ਰਾਮ ਮੇਰੇ ਖਿਆਲ ਹੈ ਔਰ ਤੀਸਰੀ ਪੱਕੀ ਚੁਆਈ ਜਿਹੜੀ ਇਸ ਨੇ ਕਰਵਾਈ ਪਹਿਲੀ ਪੱਕੀ ਔਰ ਸਾਡੀ ਤੀਸਰੀ ਚੁਆਈ ਉਹ ਨੇ ਕਰਵਾਈ 15 ਕਿਲੋ 250 ਗ੍ਰਾਮ ਮਾਸ਼ਾਅੱਲਾ ਉਹਨੇ ਦੂਸਰੀ ਪੋਜੀਸ਼ਨ ਉੱਤੇ ਲੜੀ ਜੀ ਇਨਸ਼ਾਅੱਲਾ ਜੀ ਜੀ ਤੇ ਮੈਂ ਅੱਜ ਇਕਬਾਲ ਸਾਹਿਬ ਕੋਲ ਨਾਲ ਇੱਕ ਕੁਐਸਚਨ ਕਰਾਂਗਾ ਕਿ ਤੁਸੀਂ ਇਸ ਮੱਝ ਦਾ ਨਾਂ ਕੈਦੀ ਨੰਬਰ 804 ਕਿਉਂ ਰੱਖਿਆ ਇਹਦਾ ਮਾਈਕ ਦਿਵਾ ਸੁਣ ਅਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਜੀ ਦੇਖੋ ਜੀ ਹਰ ਇਨਸਾਨ ਦਾ ਇੱਕ ਬੜਾ ਸ਼ੌਕ ਔਰ ਇੱਕ ਅਜ਼ੀਜ਼ ਔਰ ਇੱਕ ਉਹਦਾ ਪਿਆਰਾ ਹੁੰਦਾ ਜੀ ਜੀ ਸਾਡੇ ਮਾਲ ਦੀ ਸਾਨੂੰ ਸਭ ਤੋਂ ਪਿਆਰੀ ਮੱਝ ਸੀ ਕੈਦੀ ਨੰਬਰ 804 ਜੀ ਜੀ ਠੀਕ ਹੈ ਸਾਨੂੰ ਫਿਰ ਚਲੋ ਜਿਹੜਾ ਚਰਚਾ ਮੱਝ ਦਾ ਵੀ ਹੋ ਰਿਹਾ ਵੈਸੇ ਵੀ ਯਾਨੀ ਕਿ ਸਾਨੂੰ ਇਸ ਚੀਜ਼ ਨਾਲ ਪਿਆਰ ਹੈ ਜੀ ਜੀ ਠੀਕ ਹੈ ਔਰ ਮੈਂ ਇੱਥੇ ਜ਼ਿਆਦਾ ਸ਼ੁਕਰਗੁਜ਼ਾਰ ਇਸ ਚੀਜ਼ ਦਾ ਵਾਂ ਜੀ ਜੀ ਕਿ ਜਿੰਨੇ ਤਾਰਕ ਸਾਹਿਬ ਤਾਰਕ ਸੁਲਤਾਨ ਸਾਹਿਬ ਨੇ ਜਿੰਨੀ ਕੁ ਮਿਹਨਤ ਔਰ ਕੁਰਬਾਨੀ ਕੀਤੀ ਹੈ ਜੀ ਜੀ ਔਰ ਜਿੰਨਾ ਕਿ ਇਹਨਾਂ ਦੇ ਅੰਦਰ ਇਸਤਦਾਦ ਅਸੂਲ ਔਰ ਕਾਨੂੰਨ ਦੀ ਹੈ ਜੀ ਜੀ ਹੋ ਸਕਦਾ ਕਿ ਵਕਤ ਦੇ ਹਾਕਮ ਚ ਨਾ ਹੋਵੇ ਅੱਲਾਹ ਪਾਕ ਇਹਨਾਂ ਨੂੰ ਜਜ਼ਾਏ ਖੈਰ ਦੇ ਇਹਨਾਂ ਦੀ ਇਹਨਾਂ ਸਭ ਤੋਂ ਅੱਛਾ ਇਹਨਾਂ ਦੀ ਜ਼ਬਾਨ ਦੇ ਅੰਦਰ ਐਸਾ ਇੱਕ ਅਖਲਾਕ ਹੈ ਕਿ ਇਹਨਾਂ ਦੀ ਅਖਲਾਕ ਦੀ ਵਜ੍ਹਾ ਤੋਂ ਇਹ ਖੁਦ ਬਖੁਦ ਹੀ ਮੱਝਾਂ ਤਿਆਰ ਕਰਨ ਵਾਸਤੇ ਤਿਆਰ ਹੋ ਗਏ ਮਾਸ਼ਾਅੱਲਾ ਜੀ ਠੀਕ ਹੈ ਔਰ ਅੱਲਾਹ ਪਾਕ ਅਗਰ ਸਾਨੂੰ ਐਸੇ ਮਜ਼ੀਦ ਅੱਗੋਂ ਵਾਸਤੇ ਰਹਿਬਰ ਦਿੰਦਾ ਗਿਆ ਮਜ਼ੀਦ ਸਾਡਾ ਸ਼ੌਕ ਵੱਧਦਾ ਜਾਏਗਾ ਇਨਸ਼ਾਅੱਲਾ ਯਾਨੀ ਕਿ ਸ਼ੌਕ ਦੀ ਬੁਨਿਆਦ ਕੋਈ ਬਣਦਾ ਜੀ ਜੀ ਸਾਡੇ ਸ਼ੌਕ ਦੀ ਬੁਨਿਆਦ ਇਸ ਚੀਜ਼ ਦੀ ਬਣਿਆ ਅੱਜ ਰਫੀਕ ਜੱਟ ਸਾਹਿਬ 58 ਜੀਮਬੇ ਲਹਿਲਾ ਜੀ ਜੀ ਮੁਹੰਮਦ ਇਕਬਾਲ ਮੇਰਾ ਨਾਮ ਹੈ ਅਸੀਂ ਕੋਈ ਭਾਈ ਹਾਂ ਜੀ ਜੀ ਸਾਡੀ ਸ਼ੌਕ ਦੀ ਬੁਨਿਆਦ ਬਣਿਆ ਭਾਈ ਤਾਰਕ ਸੁਲਤਾਨ ਸਾਹਿਬ ਸਾਡੇ ਸ਼ੌਕ ਦਾ ਸਬਬ ਬਣਿਆ ਜੀ 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 ਔਰ ਅੱਲਾਹ ਪਾਕ ਇਹਨਾਂ ਨੂੰ ਜਜ਼ਾਏ ਖੈਰ ਦੇ ਔਰ ਗਾਂ ਤੋਂ ਇਨਸ਼ਾਅੱਲਾ ਅੱਛਾ ਕੈਦੀ ਨੰਬਰ 804 ਮਾਈ ਦਾ ਨਾਮ ਤੁਸੀਂ ਕਿਉਂ ਰੱਖਿਆ ਅਸੀਂ ਕੈਦੀ 804 ਮਾਈ ਦਾ ਨਾਮ ਰੱਖਿਆ ਜੀ ਇਹਦੇ ਨਾਲ ਸਾਨੂੰ ਖਾਨ ਸਾਹਿਬ ਨਾਲ ਪਿਆਰ ਆ ਜੀ ਜੀ ਤੇ ਖਾਨ ਸਾਹਿਬ ਵੀ ਕੈਦੀ 804 ਦੇ ਵਿੱਚ ਆ ਜੀ ਜੀ ਜੇਲ੍ਹ ਕੱਟ ਰਹੇ ਆ ਤੇ ਅਸੀਂ ਉਹਦੀ ਖੁਸ਼ੀ ਦੇ ਵਿੱਚ ਇਹਦਾ ਨਾਮ ਖੁਸ਼ੀ ਵਿੱਚ ਆ ਉਸ ਦੀ ਉਹਨਾਂ ਦੀ ਯਾਦ ਵਿੱਚ ਉਹਦੀ ਯਾਦ ਜਿਹੜੀ ਖੁਸ਼ੀ ਇਸ ਕਰਕੇ ਹੋ ਗਿਆ ਕਿ ਚਲੋ ਨਾ ਹੋ ਗਿਆ ਨਾਲ ਤੇ ਵਿਲਨ ਤਾਂ ਹੁੰਦੀ ਪਰੇਸ਼ਾਨੀ ਆ ਜੀ ਜੀ ਉਹ ਸਿਆ ਕੱਟ ਰਹੇ ਆ ਤੇ ਅਸੀਂ ਇਹ ਮੱਝ ਨੂੰ ਸਿਆ ਕਰ ਬੇੜੀ ਲਾ ਕੇ ਇਹਦਾ ਨਾਮ ਵੀ 804 ਰੱਖਿਆ ਮਤਲਬ ਹੈ ਕਿ ਹਰ ਬੰਦੇ ਦਾ ਆਪਣਾ ਆਪਣਾ ਮਤਲਬ ਦਾ ਅੰਦਾਜ਼ ਹੁੰਦਾ ਜੀ ਤੇ ਮੱਝ ਇੱਕ ਹੋਰ ਵੀ ਸਾਡੇ ਕੋਲ ਬਹੁਤ ਪਿਆਰੀ ਸੀ ਔਰ ਲਿਆਂਦੀ ਵੀ ਸਪੈਸ਼ਲ ਇਸ ਕੰਮ ਲਈ ਸੀ ਜੀ ਜੀ ਉਹਦਾ ਨਾਮ ਸੀ ਚੰਨੂ ਵਾਲੀ ਪਿਆਰੀ ਮੱਝ ਜੀ ਜੀ ਤੇ ਉਹ ਸਾੜੂ ਕਰ ਗਈ ਆ ਤੁਹਾਨੂੰ ਪਤਾ ਹੀ ਆ ਅਸੀਂ ਰਿੰਗ ਪਾਸ ਕਰਾਇਆ ਮਹੀਂ ਦਾ
ਅਸੀਂ ਉਹਨੂੰ ਮੇਨ ਬਾਹਰ ਕੱਢ ਜੀ ਜੀ ਥੋੜਾ ਜਿਹਾ ਸਾਨੂੰ ਮੱਝ ਵਿਖਾ ਦਿਓ ਜ਼ਰਾ ਦੇਖੋ ਮਾਸ਼ਾਅੱਲਾ ਜੀ ਇਹ ਕੈਦੀ ਨੰਬਰ 804 ਹੈ ਜੀ ਜੀ ਇਹ ਭਾਈ ਰਫੀਕ ਜੱਟ ਸਾਹਿਬ ਇਹ ਪੀਟੀਆਈ ਦੇ ਸਪੋਰਟਰ ਨੇ ਔਰ ਇਹਨਾਂ ਨੇ ਇਸ ਮੁਹੱਬਤ ਦੇ ਵਿੱਚ ਮਾਈ ਦਾ ਨਾਮ ਰੱਖਿਆ ਜੀ ਕੈਦੀ ਨੰਬਰ 804 ਆਪਣਾ ਖਾਨ ਸਾਹਿਬ ਦੀ ਮੁਹੱਬਤ ਦੇ ਵਿੱਚ ਮਾਸ਼ਾਅੱਲਾ ਇਹ ਮੱਝ ਜਿਹੜੀ ਇਸ ਮੇਲੇ ਤੋਂ ਪਹਿਲੇ ਨੰਬਰ ਤੇ ਆਈ ਹੈ ਜਹਾਂਗੀਰ 29 ਕਿਲੋ 750 ਗ੍ਰਾਮ ਦੁੱਧ ਕਰਕੇ ਹੁਣ ਇਸ ਟਾਈਮ ਇਹ ਮੱਝ ਦੂਸਰੀ ਪੋਜੀਸ਼ਨ ਦੇ ਉੱਤੇ ਲੜ ਰਹੀ ਹੈ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਅਗਰ ਅਸੀਂ ਦੋ ਕੱਚੀਆਂ ਚਵਾਈਆਂ ਦਾ ਦੁੱਧ ਕਰੀਏ ਤੇ ਉਹ 30 ਕਿਲੋ 850 ਗ੍ਰਾਮ ਬਣਦਾ ਜੀ 30 ਕਿਲੋ 900 ਜੀ ਜੀ ਦੋ ਚਵਾਈਆਂ ਦਾ ਦੂਸਰੀ ਕੱਚੀ ਔਰ ਪਹਿਲੀ ਪੱਕੀ ਦਾ ਜੀ ਜੀ ਅੱਗੇ ਫਿਰ ਵੇਖਦੇ ਆਂ ਜੀ ਅੱਜ ਇਹ ਮੱਝ ਕੀ ਕਰਦੀ ਹੈ ਔਰ ਅੱਜ ਇਸ ਦਾ ਫੈਸਲਾ ਹੋਏਗਾ ਕਿ ਕਿਹੜੀ ਪੋਜੀਸ਼ਨ ਤੇ ਇਨਸ਼ਾਅੱਲਾ ਜੀ ਪਹਿਲੇ ਨੰਬਰ ਤੇ ਤਾਂ ਜੀ ਜੀ ਪਹਿਲੇ ਨੰਬਰ ਤੇ ਤਾਂ ਇਸ ਟਾਈਮ ਬਾਗੜੀ ਸਾਹਿਬ ਆ ਜੀ 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 ਔਰ ਇਨਸ਼ਾਅੱਲਾ ਅਸੀਂ ਅੱਲਾ ਮੂਰੇ ਦੁਆ ਕਰਦੇ ਆ ਕਿ ਅਸੀਂ ਦੂਸਰੇ ਨੰਬਰ ਤੇ ਅੱਜ ਪੂਰੇ ਫੈਸਲਾਬਾਦ ਨੂੰ ਬਿਨ ਕਰੀਏ ਇਨਸ਼ਾਅੱਲਾ ਤਾਲਾ ਜੋ ਉਮੀਦ ਕੀਤੀ ਜਾ ਰਹੀ ਜੀ ਇਨਸ਼ਾਅੱਲਾ ਇਨਸ਼ਾਅੱਲਾ ਜੀ ਜੀ ਇਸ ਮੱਝ ਦੇ ਬਾਰੇ ਦੱਸੋ ਜੀ ਇਸ ਦਾ ਕੀ ਨਾਮ ਹੈ ਇਸ ਮੱਝ ਦਾ ਨਾਮ ਜੀ ਕਾਰਾਂ ਵਾਲੀ ਅੱਛਾ ਪਿਆਰੀ ਮਈ ਕਾਰਾਂ ਵਾਲੀ ਤੇ ਕਾਰਾਂ ਵਾਲੀ ਅਸੀਂ ਨਾਂ ਇਹਦਾ ਇਸ ਕਰਕੇ ਰੱਖਿਆ ਸੀ ਕਿ ਕਾਰਾਂ ਨਾਲ ਇਹਦੀ ਬਹੁਤ ਦੁਸ਼ਮਣੀ ਆ ਅੱਛਾ ਔਰ ਕਾਰ ਨੂੰ ਦੇਖ ਕੇ ਬਿਲਕੁਲ ਹੀ ਆਪਣਾ ਆਪ ਭੁੱਲ ਜਾਂਦੀ ਆ ਅੱਛਾ ਕਹਿੰਦੀ ਆ ਮੈਂ ਕਾਰ ਨੂੰ ਟੱਕਰ ਲਾਉਣੀ ਲਾਉਣੀ ਆ ਅੱਛਾ ਇਸ ਤੋਂ ਬਾਅਦ ਮੁਲਾਜ਼ਮਾਂ ਨੇ ਵੀ ਅਸੀਂ ਵੀ ਮਾਲਕਾਂ ਨੇ ਵੀ ਇਹਦਾ ਨਾਂ ਕਾਰਾਂ ਵਾਲੀ ਪਾ ਅੱਛਾ ਅੱਛਾ ਮਤਲਬ ਤੁਹਾਡੇ ਨਾਂ ਜਿਹੜੇ ਨੇ ਉਹ ਸਾਰਿਆਂ ਤੋਂ ਸੈਪਰੇਟ ਸੈਪਰੇਟ ਜੀ ਜੀ ਅਸੀਂ ਨਵੇਂ ਨਵੇਂ ਸ਼ੌਕ ਚ ਆਏ ਆ ਸੀ ਜਿਹੜਾ ਨਾਂ ਓਰੀਜਨਲ ਚੱਲਦਾ ਸੀ ਉਹੀ ਨਾਂ ਰੱਖਿਆ ਜੀ ਕਿਉਂਕਿ ਬਾਕੀ ਜਿਹੜੇ ਨਾ ਪਿਆਰੀ ਢੋਲੀ ਮਸਤਾਨੀ ਇਹ ਕਾਮਨ ਨਾਂ ਨੇ ਇਸ ਤਰ੍ਹਾਂ ਹੀ ਤੁਹਾਡੇ ਨਾਂ ਦੇ ਨੇ ਪਹਿਲੀ ਵਾਰੀ ਸੁਣੇ ਨੇ ਅੱਛਾ ਜੀ ਜੀ ਇਹਨੇ ਦੁੱਧ ਕਿਤਨਾ ਕੀਤਾ ਸੀ ਇਹਨੇ ਮਾਸ਼ਾਅੱਲਾ ਸਵੇਰ ਕੀਤਾ ਜੀ 13.5 ਕਿਲੋ ਅੱਛਾ ਅੱਛਾ ਤੇ ਇਨਸ਼ਾਅੱਲਾ ਹੁਣ ਵੀ 13 ਤੋਂ ਵੱਧ 13 14 ਕਿਲੋ ਇਨਸ਼ਾਅੱਲਾ ਕਰੇਗੀ ਦੁੱਧ ਜੀ ਜੀ 26 27 ਕਿਲੋ ਵਾਲੀ ਹਾਂਜੀ ਇਨਸ਼ਾਅੱਲਾ ਜੀ ਜੀ ਸੋਹਣੀ ਮੱਝ ਹੈ ਇਸ ਦਾ ਆਰਡਰ ਕੁਆਲਿਟੀ ਅੱਛੀ ਹੈ ਤਨਸ਼ਨ ਵੀ ਜ਼ਬਰਦਸਤ ਨੇ ਮਾਸ਼ਾਅੱਲਾ ਜ਼ਬਰਦਸਤ ਹੋ ਗਿਆ ਜੀ ਇਸ ਮੱਝ ਤੇ ਆਓ ਜੀ ਇਸ ਮੱਝ ਦਾ ਨਾਂ ਜੀ ਕੜੇ ਵਾਲੀ ਅੱਛਾ ਤੇ ਇਹਨੂੰ ਜਦੋਂ ਅਸੀਂ ਮੱਝ ਲਈ ਸੀ ਇਹਨੂੰ ਕੜਾ ਪਿਆਇਆ ਸੀਗਾ ਅੱਛਾ ਅੱਛਾ ਔਰ ਅਸੀਂ ਇਹਦਾ ਨਾਂ ਕਹਿੰਦੇ ਰਹੇ ਕਿ ਅਸੀਂ ਹੋਰ ਨਾਂ ਕਰ ਦਈਏ ਮੱਝਾਂ ਦੇ ਵਿੱਚ ਆ ਫਿਰ ਇਹਦਾ ਸ਼ੁਰੂ ਤੋਂ ਨਾਂ ਕੜੇ ਵਾਲਾ ਹੀ ਪਿਆਇਆ ਸੀ ਅੱਛਾ ਅੱਛਾ ਤੇ ਉਹ ਹੀ ਨਾਂ ਤੇ ਅਸੀਂ ਮੱਝ ਦਰਜ ਕਰਾਈ ਆ ਅੱਛਾ ਅੱਛਾ ਕਿ ਕੜੇ ਵਾਲੀ ਮੱਝ ਕਰ ਅੱਛਾ ਕਿੰਨਾ ਦੁੱਧ ਕੀਤਾ ਇਹਨੇ ਇਹਦੇ ਕੋਲ ਵੀ ਮਾਸ਼ਾਅੱਲਾ ਤਕਰੀਬਨ 25-26 ਕਿਲੋ ਦੁੱਧ ਹੈਗਾ ਮਾਸ਼ਾਅੱਲਾ ਜੀ ਜ਼ਬਰਦਸਤ ਸੋਹਣੀ ਔਰ ਇਹ 7 ਮਹੀਨੇ ਦੀ ਮੱਝ ਸੂਈ ਆ ਅੱਛਾ 7 ਮਹੀਨੇ ਦੀ ਜੀ ਜ਼ਬਰਦਸਤ ਜੀ ਮੱਝਾਂ ਤੁਹਾਡੀਆਂ ਦੇ ਸਾਰਿਆਂ ਦੇ ਆਰਡਰ ਕੁਆਲਿਟੀ ਬੜੀ ਜ਼ਬਰਦਸਤ ਹੈ ਆਰਡਰ ਅਟੈਚਮੈਂਟ ਔਰ ਥਾਨ ਬੜੇ ਖੂਬਸੂਰਤ ਜੀ 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 ਮਾਸ਼ਾਅੱਲਾ ਆਓ ਜੀ ਅਗਲੀ ਮੱਝ ਤੇ ਇਸ ਮੱਝ ਦਾ ਕੀ ਨਾਂ ਜੀ ਇਸ ਮੱਝ ਦਾ ਨਾਂ ਜੀ ਲਾਡੀ ਅੱਛਾ ਤੇ ਇਹਦਾ ਪਹਿਲੀ ਦਫਾ ਮੱਝ ਜਦੋਂ ਅਸੀਂ ਲਈ ਸੀ ਇਹਦਾ ਬੱਚਾ ਮਰ ਗਿਆ ਸੀਗਾ ਅੱਛਾ ਅੱਛਾ ਤੇ ਫਿਰ ਇਹ ਟੀਕੇ ਨੂੰ ਵੀ ਬਹੁਤ ਬੁਰਾ ਮਹਿਸੂਸ ਕਰਦੀ ਆ ਅੱਛਾ ਅੱਛਾ ਤੇ ਫਿਰ ਇਹ ਪਿਆਰ ਦੇ ਨਾਲ ਹੀ ਮੱਝ ਮਿਲਦੀ ਆ ਪਿਆਰ ਤੋਂ ਬਗੈਰ ਨਹੀਂ ਮਿਲਦੀ ਅੱਛਾ ਅੱਛਾ ਤੇ ਹੁਣ ਵੀ ਇਹਦੀ 6-7 ਮਹੀਨੇ ਦੀ ਮੱਝ ਸੂਈ ਆ ਅੱਛਾ ਅੱਛਾ ਤੇ ਬੱਚਾ ਇਹਦਾ ਮਰ ਗਿਆ ਜੀ ਆਹ ਦਿਨਾਂ ਦੇ ਵਿੱਚ ਹੀ ਬੱਚਾ ਮਰਿਆ ਤੇ ਹੁਣ ਵੀ ਇਹ ਪਿਆਰ ਕਰੇ ਤੇ ਮਿਲਦੀ ਆ ਤੇ ਇਹਦਾ ਨਾਂ ਵੀ ਅਸੀਂ ਲਾਡੀ ਪਿਆਰਾ ਹੀ ਰੱਖ ਲਾਡ ਤੂੰ ਰੱਖ ਦਿੱਤਾ ਲਾਡੀ ਤੇ ਹੁਣ ਵੀ ਤੁਹਾਡੇ ਕੋਲ ਚੁਪਣੀ ਆ ਤੇ ਇਨਸ਼ਾਅੱਲਾ ਪਿਆਰ ਨਾਲ ਹੀ ਮਿਲਣੀ ਆ ਵਰਨਾ ਨਹੀਂ ਇਹ ਮਿਲਣੀ ਆ ਇਹ ਵੀ ਕੱਚੀਆਂ ਚਵਾਈਆਂ 25 ਕਿਲੋ ਇਹ ਵੀ ਕੱਚੀਆਂ ਚਵਾਈਆਂ ਚ 25-26 ਕਿਲੋ ਮਾਸ਼ਾਅੱਲਾ ਦੁੱਧ ਦਿੰਦੀ ਰਹੀ ਜੀ ਜੀ ਮਾਸ਼ਾਅੱਲਾ ਜੀ ਆਇਸ਼ਾ ਬੜਾ ਅੱਛਾ ਪੁਆਇੰਟ ਹੈ ਤੁਹਾਡਾ ਸਾਰੇ ਜਾਨਵਰ 25 ਕਿਲੋ ਦੀ ਐਵਰੇਜ ਨਾਲ ਇਹਨਾਂ ਨੂੰ ਦੁੱਧ ਦਿੱਤਾ ਜੀ ਜੀ ਔਰ ਇੱਕ ਮੱਝ ਜਿਹੜੀ ਹੈ ਉਹ ਸਾਡੇ ਅਸੀਂ ਕਾਫੀ ਪੁਆਇੰਟ ਜਿਹੜੇ ਨੇ ਬੜੇ ਅੱਛੇ ਸ਼ੁਕੀਨ ਜਿਹੜੇ ਮੇਲਿਆਂ ਦੇ ਵਿੱਚ ਪੂਰੀ ਪੂਰੀ ਕਹਿ ਲਓ ਕਿ 20-20 ਸਾਲ ਤੋਂ ਮੇਲਿਆਂ ਵਿੱਚ ਐਂਟਰ ਨੇ ਜੀ ਉਹਨਾਂ ਨੂੰ ਅੱਜ ਤੁਸੀਂ ਲੀਡ ਕਰ ਰਹੇ ਹੋ ਜਿੱਤਰੀ ਤੁਹਾਡੀ ਮੱਝ ਇਨਸ਼ਾਅੱਲਾ ਕੈਦੀ ਨੰਬਰ 804 ਇਨਸ਼ਾਅੱਲਾ ਜੀ ਜੀ ਕਿਉਂਕਿ ਤੁਹਾਡਾ ਪਹਿਲਾ ਐਕਸਪੀਰੀਅੰਸ ਹੈ ਔਰ ਇਸ ਦੇ ਵਿੱਚ ਪਹਿਲੇ ਜਾਂ ਦੂਸਰੇ ਜਾਂ ਪਹਿਲੀਆਂ 5 ਪੋਜੀਸ਼ਨਾਂ ਵਿੱਚ ਆਣਾ ਬੜਾ ਕਹਿ ਲਓ ਅੱਲਾ ਪਾਕ ਦਾ ਇੱਕ ਬੜੀ ਕਰਮ ਨਵਾਜ਼ੀ ਹੈ ਜੀ ਮੇਰਾ ਕੰਮ ਹੈ ਜੀ ਲੂਮਾਂ ਦਾ ਵਾ ਬੇਸਿਕਲ ਤੇ ਮੈਨੂੰ ਲੂਮਾਂ ਨਾਲ ਕੋਈ ਨਹੀਂ ਪਿਆਰ ਹੈਗਾ ਮੈਨੂੰ ਮੱਝਾਂ ਨਾਲ ਬਹੁਤ ਜ਼ਿਆਦਾ ਪਿਆਰ ਹੈ ਤੇ ਹੁਣ ਵੀ ਗਾਂ ਇਨਸ਼ਾਅੱਲਾ ਮੇਰਾ ਭਤੀਜਾ ਵਾ ਬਕਾਸ ਸਾਹਿਬ ਜੀ 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 ਇਹਦੇ ਲੈ ਲਓ ਇੰਟਰਵਿਊ ਵੀ ਲਾਓ ਤੇ ਗਾਂ ਇਨਸ਼ਾਅੱਲਾ ਇਹਨੇ ਸ਼ੌਕ ਚਲਾਉਣਾ ਜੀ ਜੀ ਤੇ ਇਹਦੀ ਮਿਹਨਤ ਇਨਸ਼ਾਅੱਲਾ ਇਹ ਕਰਦਾ ਇਹੀ ਮੱਝਾਂ ਨੂੰ ਗਾਂ ਚੁੰਦਾ ਚੁੰਦਾ ਜੀ ਜੀ ਇਨਸ਼ਾਅੱਲਾ ਗਾਂ ਵੀ ਕਰੇਗਾ ਬੜ ਜੀ ਵਕਾਸ ਵੀ ਕੀ ਕਹਿਣਾ ਚਾਹੋਗੇ ਤੁਸੀਂ ਪੀਡੀਐਫ ਦੇ ਚਵਾਈਆਂ ਦੇ ਬਾਰੇ ਔਰ ਅੱਜ ਤੁਸੀਂ ਕੈਦੀ ਨੰਬਰ 804 ਮੱਝ ਜਿਹੜੀ ਹੈ ਉਹ ਚਵਾ ਰਹੇ ਹੋ ਜਿਹੜੀ ਕਿ ਫੈਸਲਾਬਾਦ ਨੂੰ ਲੀਡ ਕਰ ਰਹੀ ਹੈ ਇਨਸ਼ਾਅੱਲਾ ਮੱਝ ਸੈਕਿੰਡ ਪੋਜੀਸ਼ਨ ਹਾਸਲ ਕਰੇਗੀ ਜੀ ਜੀ ਬਹੁਤ ਸ਼ੁਕਰ ਅਦਾ ਕਰਦੇ ਹਾਂ ਅਸੀਂ ਪੀਡੀਐਫ ਵਾਲਿਆਂ ਦਾ ਜਿਹੜਾ ਸਾਡੇ ਫਾਰਮ ਹਾਊਸ ਤੇ ਆਏ ਆ ਜੀ ਜੀ ਪਹਿਲੀ ਮਰਤਬਾ ਸਾਨੂੰ ਮੌਕਾ ਮਿਲਿਆ ਜੀ ਜੀ ਮੱਝਾਂ ਪੀਡੀਐਫ ਵਾਲਿਆਂ ਨੂੰ ਚਵਾਉਣ ਦਾ ਜੀ ਜੀ
इंशाल्लाह फर्स्ट पोजीशन लीड करांगे इंशाल्लाह। शुक्रिया जी।